ਹੁਣ ਤਾਂ ਮੈਂ ਕਲਾਸਿਸ ਲੈ ਰਿਹਾ ਮੈਂ ਕੁਝ ਸਿੱਖ ਕੇ ਨਹੀਂ ਕੀਤੀ ਐਕਟਿੰਗ ਹੈ ਨਾ ਬਿਲਕੁਲ ਅਤੇ ਉਸ ਮੇਰਾ ਫਸਟ ਟਾਈਮ ਸੀਗਾ ਅਤੇ ਬਟ ਐਕਸਪੀਰੀਅੰਸ ਨਾਲ ਮੈਂ ਬਹੁਤ ਕੁਝ ਸਿੱਖਿਆ ਕਿਹੜੀ ਕੋ ਐਕਟ੍ਰੈਸ ਨਾਲ ਤੁਸੀਂ ਫਿਲਮ ਕਰਨਾ ਚਾਹੋਗੇ ਮੈਂ ਹੈਗਾ ਆਰਟਿਸਟ ਹੈ ਨਾ ਇੱਕ ਆਰਟਿਸਟ ਵਧੀਆ ਆਰਟਿਸਟ ਚਾਹੂਗਾ ਕਿ ਮੈਂ ਹਰ ਇੱਕ ਬੰਦੇ ਨਾਲ ਕੰਮ ਕਰਾਂ ਮੈਨੂੰ ਫਰਕ ਨਹੀਂ ਪੈਂਦਾ ਚਾਹੇ ਉਹ ਜ਼ੀਰੋ ਆ ਚਾਹੇ ਹੀਰੋ ਆ ਚਾਹੇ ਉਹ ਵੱਡਾ ਬਹੁਤ ਵੱਡੇ ਪਰਦੇ 'ਤੇ ਆ ਕੇ ਵੀ ਵੱਡੇ ਸਟਾਰ ਬਣ ਕੇ ਵੀ ਜੇ ਉਹਨਾਂ ਨੇ ਮੇਰੇ ਨਾਲ ਕੰਮ ਨਹੀਂ ਵਧੀਆ ਕੀਤਾ ਮੇਰੇ ਨਾਲ ਬਿਹੇਵ ਨਹੀਂ ਵਧੀਆ ਕੀਤਾ ਮੇਰੀ ਰਿਸਪੈਕਟ ਨਹੀਂ ਕੀਤੀ ਤਾਂ ਮੈਨੂੰ ਮੇਰੀ ਬਣਨੀ ਨਹੀਂ ਉਹਨਾਂ ਨਾਲ ਕਦੇ ਹਾਂ ਕਦੇ ਨਾ ਜਿਹੜੀ ਆਲਰੇਡੀ ਸਿਨੇਮਾ ਘਰਾਂ ਦੇ ਵਿੱਚ ਸਕਸੈਸਫੁਲੀ ਚੱਲ ਰਹੀ ਹੈ ਉਸ ਤੋਂ ਬਾਅਦ ਦੇਖੋ ਸਕਸੈਸ ਕੀ ਕਹਾਂ ਹੁਣ ਮੈਂ ਇੱਕ ਹੋਰ ਫਿਲਮ ਅਨਾਊਂਸ ਹੋ ਗਈ ਅੱਜ ਉੱਚੀਆਂ ਉਡਾਰੀਆਂ ਕਦੇ ਹਾਂ ਕਦੇ ਨਾ ਤੋਂ ਬਾਅਦ ਤੁਸੀਂ ਸਮਝ ਹੀ ਗਏ ਹੋਗੇ ਮੈਂ ਕਿਹਦੀ ਗੱਲ ਕਰ ਰਹੀ ਹਾਂ ਵਨ ਐਂਡ ਓਨਲੀ ਸਿੰਘਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਪਹਿਲਾਂ ਤਾਂ ਫਿਰ ਮੁਬਾਰਕਾਂ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਪਹਿਲਾਂ ਤਾਂ ਮੁਬਾਰਕਾਂ ਇਸ ਚੀਜ਼ ਲਈ ਕਿ ਤੁਹਾਡੀ ਫਿਲਮ ਆਲਰੇਡੀ ਸਕਸੈਸਫੁਲ ਚੱਲ ਰਹੀ ਹੈ ਦੂਸਰਾ ਮੁਬਾਰਕਾਂ ਹੈ ਕਿ ਇੱਕ ਹੋਰ ਫਿਲਮ ਅਨਾਊਂਸ ਹੋ ਗਈ ਹੈ ਥੈਂਕ ਯੂ ਜੀ ਥੈਂਕ ਯੂ ਦੋਨਾਂ ਲਈ ਥੈਂਕ ਯੂ ਸੋ ਵੈਸੇ ਪਹਿਲਾਂ ਗੱਲ ਕਰ ਲੈਂਦੇ ਕਦੇ ਹਾਂ ਕਦੇ ਨਾ ਦੀ ਕੀ ਰਿਸਪੌਂਸ ਆਇਆ ਕਿੱਦਾਂ ਦਾ ਰਿਸਪੌਂਸ ਰਿਹਾ ਦਰਸ਼ਕਾਂ ਦਾ ਕਿੰਨਾ ਕੁ ਪਿਆਰ ਮਿਲਿਆ ਮੈਨੂੰ ਕਾਫੀ ਪੋਜ਼ਿਟਿਵ ਰਿਵਿਊਜ਼ ਆ ਰਹੇ ਨੇ ਜੋ ਵੀ ਗਿਆ ਹੈ ਉਹਨਾਂ ਨੇ ਸਾਰਿਆਂ ਨੇ ਸਾਡੀ ਐਕਟਿੰਗ ਦੀ ਸਾਡੇ ਕੰਮ ਦੀ ਪ੍ਰੇਜ਼ ਕੀਤੀ ਆ ਅਤੇ ਸੋ ਮੈਨੂੰ ਬੜੀ ਖੁਸ਼ੀ ਆ ਕਿ ਮੈਂ ਉਸ ਵੇਲੇ ਉਹ ਹੁਣ ਤਾਂ ਮੈਂ ਕਲਾਸਿਸ ਲੈ ਰਿਹਾ ਮੈਂ ਕੁਝ ਸਿੱਖ ਕੇ ਨਹੀਂ ਕੀਤੀ ਐਕਟਿੰਗ ਹੈ ਨਾ ਅਤੇ ਉਸ ਮੇਰਾ ਫਸਟ ਟਾਈਮ ਸੀਗਾ ਅਤੇ ਬਟ ਐਕਸਪੀਰੀਅੰਸ ਨਾਲ ਮੈਂ ਬਹੁਤ ਕੁਝ ਸਿੱਖਿਆ ਅਤੇ ਉਹ ਐਕਟਿੰਗ ਨੂੰ ਸਾਡੇ ਕੰਮ ਨੂੰ ਸਾਰੇ ਜਣੇ ਬਹੁਤ ਪਿਆਰ ਦੇ ਰਹੇ ਆ ਸੋ ਅਗਰ ਕਦੇ ਹਾਂ ਕਦੇ ਨਾ ਦੀ ਗੱਲ ਕਰੀਏ ਉਹਦੇ ਵਿੱਚ ਤੁਹਾਨੂੰ ਇੱਕ ਫਰੈਸ਼ਰ ਕੋ ਐਕਟ੍ਰੈਸ ਮਿਲੀ ਜਿਹੜੇ ਖੁਦ ਫਰੈਸ਼ਰ ਸੀ ਤੁਸੀਂ ਵੀ ਉਸ ਉਹਦੇ ਅਗਰ ਲੀਡ ਦੀ ਗੱਲ ਕਰੀਏ ਤਾਂ ਫਰੈਸ਼ਰ ਹੀ ਸੀ ਬਟ ਇਹਦੇ ਵਿੱਚ ਗੱਲ ਕਰੀਏ ਤਾਂ ਤੁਹਾਨੂੰ ਇੱਕ ਕਾਫੀ ਆਲਰੇਡੀ ਜਿਨ੍ਹਾਂ ਨੇ ਅੱਛਾ ਨਾਮ ਕਮਾਇਆ ਇੱਕ ਅੱਛੀ ਐਕਟ੍ਰੈਸ ਮਿਲ ਰਹੀ ਹੈ ਨਵਨੀਤ ਕੌਰ ਢਿੱਲੋਂ ਸੋ ਕੀ ਲੱਗਦਾ ਕਿ ਉਹਨਾਂ ਨਾਲ ਕਿੱਦਾਂ ਦੀ ਕੈਮਿਸਟਰੀ ਹੋਣ ਵਾਲੀ ਹੈ ਉਹ ਵੀ ਕਾਫੀ ਵਧੀਆ ਨੇ ਅਤੇ ਕਾਫੀ ਸੋਹਣਾ ਕੰਮ ਹੈ ਉਹਨਾਂ ਦਾ ਉਹਨਾਂ ਨੇ ਵੀ ਕਾਫੀ ਵਧੀਆ ਕੰਮ ਕੀਤਾ ਅਤੇ ਬਾਕੀ ਕੈਮਿਸਟਰੀ ਹੁਣ ਆਪਾਂ ਮੈਨੂੰ ਐਕਚੁਅਲੀ ਮੈਂ ਸਟੋਰੀ ਜਾਂ ਕੌਨਸੈਪਟ ਜਾਂ ਕੁਛ ਵੀ ਆ ਉਹ ਜਦੋਂ ਅਸੀਂ ਬੈਠਾਂਗੇ ਉੱਤੇ ਕੰਮ ਕਰਾਂਗੇ ਜਦੋਂ ਸਾਡਾ ਐਕਟ ਹੋਊਗਾ ਫਿਰ ਉਹ ਸਿਚੁਏਸ਼ਨ ਦੇ ਉਹ ਜਦੋਂ ਅਸੀਂ ਹੁਣ ਫਸਟ ਟਾਈਮ ਆਪਾਂ ਇੱਥੇ ਮਿਲੇ ਹਾਂ ਅਤੇ ਹੌਲੀ 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 ਸਾਰਾ ਕੁਛ ਵਧੀਆ ਹੋ ਜਾਂਦਾ ਜੀ ਕੰਮ ਆ ਕੰਮ ਲਈ ਹਰ ਚੀਜ਼ ਕਰਨੀ ਪੈਂਦੀ ਹੈ ਵੈਸੇ ਕੀ ਲੱਗਦਾ ਕਿ ਅਗਰ ਤੁਹਾਡੀ ਖੁਦ ਦੀ ਚੁਆਇਸ ਹੋਵੇ ਜਾਂ ਤੁਸੀਂ ਖੁਦ ਕਿਸੇ ਨੂੰ ਚੂਜ਼ ਕਰਨਾ ਹੋਵੇ ਤਾਂ ਤੁਸੀਂ ਆਪਣੇ ਨਾਲ ਕੀ ਚਾਹੋਗੇ ਕਿ ਕਿਹੜੀ ਕੋ ਐਕਟ੍ਰੈਸ ਨਾਲ ਤੁਸੀਂ ਫਿਲਮ ਕਰਨਾ ਚਾਹੋਗੇ ਮੈਂ ਹੈਗਾ ਆਰਟਿਸਟ ਹੈ ਨਾ ਇੱਕ ਆਰਟਿਸਟ ਵਧੀਆ ਆਰਟਿਸਟ ਚਾਹੂਗਾ ਕਿ ਮੈਂ ਹਰ ਇੱਕ ਬੰਦੇ ਨਾਲ ਕੰਮ ਕਰਾਂ ਮੈਨੂੰ ਫਰਕ ਨਹੀਂ ਪੈਂਦਾ ਚਾਹੇ ਉਹ ਜ਼ੀਰੋ ਆ ਚਾਹੇ ਹੀਰੋ ਆ ਚਾਹੇ ਉਹ ਬਹੁਤ ਵੱਡੇ ਮੁਕਾਮ 'ਤੇ ਆ ਚਾਹੇ ਉਹਦਾ ਕੋਈ ਮਤਲਬ ਹਲੇ ਨਾਮ ਵਿਚਾਰ ਨਾਮ ਬਣਿਆ ਨਹੀਂ ਆ ਚਾਹੇ ਸਟਰਗਲ ਆ ਨਾ ਮੈਨੂੰ ਉਹ ਫਰਕ ਨਹੀਂ ਪੈਂਦਾ ਮੈਨੂੰ ਕੰਮ ਨਾਲ ਫਰਕ ਪੈਂਦਾ ਚਾਹੇ ਉਹ ਵੱਡਾ ਬਹੁਤ ਵੱਡੇ ਪਰਦੇ 'ਤੇ ਆ ਕੇ ਵੀ ਵੱਡੇ ਸਟਾਰ ਬਣ ਕੇ ਵੀ ਜੇ ਉਹਨਾਂ ਨੇ ਮੇਰੇ ਨਾਲ ਕੰਮ ਨਹੀਂ ਵਧੀਆ ਕੀਤਾ ਮੇਰੇ ਨਾਲ ਬਿਹੇਵ ਨਹੀਂ ਵਧੀਆ ਕੀਤਾ ਮੇਰੀ ਰਿਸਪੈਕਟ ਨਹੀਂ ਕੀਤੀ ਤਾਂ ਮੈਨੂੰ ਮੇਰੀ ਬਣਨੀ ਨਹੀਂ ਉਹਨਾਂ ਨਾਲ ਅਤੇ ਜੇ ਚਾਹੇ ਉਹ ਸਟਰਗਲਰ ਆ ਚਾਹੇ ਉਹ ਜ਼ੀਰੋ ਆ ਚਾਹੇ ਉਹਦਾ ਕੋਈ ਫੋਲੋਅਰ ਹੈਗਾ ਚਾਹੇ ਨਹੀਂ ਹੈਗਾ ਮੈਨੂੰ ਫਰਕ ਨਹੀਂ ਪੈਂਦਾ ਜੇ ਅਗਰ ਉਹ ਮੇਰੀ ਰਿਸਪੈਕਟ ਕਰਦਾ ਆ ਉਹ ਕੰਮ ਕਰਦਾ ਆ ਸਾਨੂੰ ਸਮਝਦਾ ਆ ਸਾਡੀ ਬੋਂਡਿੰਗ ਵਧੀਆ ਬਣਦੀ ਆ ਅਸੀਂ ਕੰਮ ਲਈ ਇੱਕ ਐਫਰਟਸ ਦਿੰਦੇ ਹਾਂ ਅਤੇ ਉਹਦੇ 'ਚ ਮੈਂ ਨਹੀਂ ਹੈਗੀ ਈਗੋ ਨਹੀਂ ਹੈਗੀ ਐਟੀਟਿਊਡ ਨਹੀਂ ਓਵਰ ਐਟੀਟਿਊਡ ਜਿਹੜਾ ਹੁੰਦਾ ਨਾ ਅਤੇ ਫਿਰ ਮੇਰੀ ਉਹਦੇ ਨਾਲ ਵੀ ਬਣ ਜੂਗੀ ਅੱਛਾ ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਪੈਰ ਰੱਖਿਆ ਸੀਗਾ ਅਤੇ ਇੱਕ ਹਰ ਆਰਟਿਸਟ ਸੋਚਦਾ ਕਿ ਮੇਰੀ ਇੱਦਾਂ ਦੀ ਇਮੇਜ ਬਣੇ ਮੈਂ ਇੱਦਾਂ ਦਾ ਪਰਸਨ ਹਾਂ ਅਤੇ ਮੈਂ ਇੱਦਾਂ ਦੀ ਇਮੇਜ ਬਣਾਉਣਾ ਚਾਹੁੰਦਾ ਤੁਸੀਂ ਕੁਝ ਸੋਚਿਆ ਸੀਗਾ ਕਿ ਮੈਂ ਇੱਦਾਂ ਦੀ ਇਮੇਜ ਸੈੱਟ ਕਰਨੀ ਹੈ ਕਿਉਂਕਿ ਜਿਵੇਂ ਤੁਹਾਡੀ ਸਟਾਈਲਿਸ਼ ਜੀ ਯੈਂਕੀ ਜੀ ਇੱਕ ਇਮੇਜ ਬਣ ਚੁੱਕੀ ਆਲਰੇਡੀ ਚਾਹੇ ਤੁਸੀਂ ਰੋਮਾਂਟਿਕ ਸੌਂਗਸ ਵੀ ਕੀਤੇ ਲੇਕਿਨ ਫਿਰ ਵੀ ਤੁਹਾਨੂੰ ਪਤਾ ਕਿ ਤੁਹਾਡੀ ਇੱਕ ਇਮੇਜ ਜਿਹੜੀ ਆ ਉਹ ਸਟਾਈਲਿਸ਼ ਯੈਂਕੀ ਜੀ ਬਣੀ ਹੋਈ ਹੈ ਸੋ ਹੁਣ ਫਿਲਮਾਂ ਦੇ ਜ਼ਰੀਏ ਤੁਸੀਂ ਕਿੱਦਾਂ ਦੀ ਇਮੇਜ ਬਣਾਉਣਾ ਚਾਹੋਗੇ ਜਾਂ ਕਿੱਦਾਂ ਦੀ ਇਮੇਜ ਬਣਾਉਣਾ ਚਾਹੁੰਦੇ ਸੀ ਨਹੀਂ ਮੈਂ ਕੁਛ ਨਹੀਂ ਚਾਹੁੰਦਾ ਬਣਾਉਣ ਵਾਲਾ ਮਾਲਕ ਹੈ ਪਰਮਾਤਮਾ ਉਹਨੇ ਜੋ ਕਰਨਾ ਸਭ ਕਰ ਦੇਣਾ ਪਤਾ ਨਹੀਂ ਲੱਗਣਾ ਕੀ ਹੋ ਗਿਆ ਹੈ ਨਾ ਅਤੇ ਮੈਂ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕਰੂੰਗਾ ਚਾਹੇ ਮੈਂ ਰੋਮ ਕੌਮ ਕਰਾਂ ਚਾਹੇ ਕੋਮੇਡੀ ਕਰਾਂ ਚਾਹੇ ਰੋਮੈਂਸ ਕਰਾਂ ਚਾਹੇ ਮੈਂ ਐਕਸ਼ਨ ਕਰਾਂ ਮੈਂ ਆਪਣੇ ਫਿਰ ਵੀ ਇੱਕ ਇਮੇਜ ਹੁੰਦੀ ਹੈ ਨਾ ਐਕਟਰ ਦੀ ਕਿ ਮੈਂ ਚਾਹੁੰਦਾ ਕਿ ਦਰਸ਼ਕ ਮੈਨੂੰ ਇਸ ਰੋਲ ਲਈ ਜ਼ਿਆਦਾ ਪਸੰਦ ਕਰਨ ਜਾਂ ਇੱਦਾਂ ਦੀ ਮੇਰੀ ਇਮੇਜ ਨੂੰ ਜ਼ਿਆਦਾ ਪਸੰਦ ਕਰਨ ਉਹ ਕੀ ਸੋਚਿਆ ਦਿਮਾਗ ਦੇ ਵਿੱਚ ਕੁਝ ਸੋਚਿਆ ਕਿ ਇਹ ਇਮੇਜ ਮੇਰੀ ਐਜ਼ ਐਨ ਐਕਟਰ ਐਸਟੈਬਲਿਸ਼ ਹੋਣੀ ਚਾਹੀਦੀ ਹੈ ਚਲੋ ਤਾਂ ਟਾਈਮ ਦੱਸੂਗਾ ਟਾਈਮ ਨੋਜ਼ ਐਵਰੀਥਿੰਗ ਥੈਂਕ ਯੂ ਸੋ ਮਚ ਇੱਕ ਵਾਰੀ ਫਿਰ ਤੋਂ ਉੱਚੀਆਂ ਉਡਾਰੀਆਂ ਲਈ ਮੁਬਾਰਕਾਂ